ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਦੇਖ ਰਹੇ ਹੋ ਇਮੀਗ੍ਰੇਸ਼ਨ ਇਨਸਾਈਟਸ ਵਿਦ ਮਨਦੀਪ। ਚਰਚਾ ਖਾਸ ਔਰ ਚਰਚਾ 'ਚ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਸੇਵਰ ਐਜੂਕੇਸ਼ਨ ਅਬਰਾਡ ਤੋਂ ਮਿਸਟਰ ਮਿਤੇਸ਼ ਮਲਹੋਤਰਾ ਜੀ। ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਬਹੁਤ ਵਧੀਆ ਮੈਮ। ਸੋ ਸਾਡੀ ਜਿਹੜੀ ਚਰਚਾ ਹੈ ਜੀ, ਉਹਦਾ ਟੀਚਾ ਤੁਹਾਡੇ ਸਵਾਲਾਂ ਦੇ ਤੁਹਾਨੂੰ ਜਵਾਬ ਦੇਣ ਦਾ। ਬਹੁਤ ਪਿਆਰ ਦੇ ਰਹੇ ਹੋ ਸਾਡੇ ਸ਼ੋਅ ਨੂੰ, ਇਦਾਂ ਹੀ ਆਪਣਾ ਪਿਆਰ ਬਰਕਰਾਰ ਰੱਖਿਓ। ਤੁਹਾਡੀ ਪੁਰਜ਼ੋਰ ਡਿਮਾਂਡ 'ਤੇ ਅਸੀਂ ਹੁਣ ਦੁਬਾਰਾ ਸ਼ੋਅ ਲੈ ਕੇ ਹਾਜ਼ਰ ਹੋਏ ਹਾਂ। ਜੀ ਟੀ ਨੂੰ ਲੈ ਕੇ ਅੱਜ ਦਾ ਅਸੀਂ ਸ਼ੋਅ ਕਲੀਅਰ ਕਰਨਾ। ਸੋ ਆਸਟ੍ਰੇਲੀਆ ਆਸਟ੍ਰੇਲੀਆ ਜਾਣਾ ਹੈ, ਜੀ ਟੀ ਕਲੀਅਰ ਕਰਨਾ ਇੱਕ ਵੱਡਾ ਸਵਾਲ ਹੈ। ਕਿੱਦਾਂ ਕਲੀਅਰ ਕਰ ਸਕਦੇ ਹੋ, ਕੀ ਟਰਮਸ ਅਤੇ ਕੰਡੀਸ਼ਨ ਨੇ, ਕਿਹੜੇ ਕਿਹੜੇ ਪੜਾਅ ਨੇ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ, ਔਰ ਸੇਵਰ ਐਜੂਕੇਸ਼ਨ ਅਬਰਾਡ ਤੁਹਾਨੂੰ ਕੀ ਗਾਈਡ ਕਰਦਾ ਸਰ, ਉਸਦੇ ਬਾਰੇ ਜਾਣਕਾਰੀ ਚਾਹੂੰਗੀ। ਜੀ ਟੀ ਕੀ ਚੀਜ਼ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਜੀ ਟੀ ਦੇ ਵਿੱਚ? ਜੀ ਟੀ ਯਾਨੀ ਕਿ ਜੈਨੂਇਨ ਟੈਂਪਰਰੀ ਐਂਟਰੈਂਟ। ਆਸਟ੍ਰੇਲੀਆ ਨੇ ਬਹੁਤ ਵਧੀਆ ਤਰੀਕੇ ਨਾਲ ਡਿਫਾਈਨ ਕੀਤੀ ਹੋਈ ਹੈ ਜੀ ਟੀ ਨੂੰ। ਮਿਨਿਸਟੀਰੀਅਲ ਡਾਇਰੈਕਸ਼ਨ 69 ਕਰਕੇ ਇੱਕ ਆਰਡਰ ਪਾਸ ਹੋਇਆ, ਜਿਹੜਾ 5-7 ਪੇਜਾਂ ਦਾ, ਜਿਹਦੇ ਲਿਖਿਆ ਹੋਇਆ ਕਿ ਕਿਹੜਾ ਬੱਚਾ ਹੈ ਜੋ ਕਿ ਐਲੀਜੀਬਲ ਹੈ ਆਸਟ੍ਰੇਲੀਆ ਜਾਣ ਲਈ। ਆਸਟ੍ਰੇਲੀਆ 'ਚ ਬੱਚਾ ਅਗਰ ਜੀ ਟੀ ਕਲੀਅਰ ਕਰਦਾ, ਕੈਸ਼ ਲੈਂਦਾ, ਉਹਦੇ ਵੀਜ਼ਾ ਦੇ ਚਾਂਸਿਸ 80-90% ਹੋ ਜਾਂਦੇ ਨੇ। ਅਤੇ ਜੀ ਟੀ ਇੱਕ ਬਹੁਤ ਬੜਾ ਪੁਆਇੰਟ ਹੈ। ਮੈਂ ਦੇਖਦਾ ਬੱਚੇ ਜੀ ਟੀ ਸਟੇਜ 'ਚ ਹੀ ਖਤਮ ਹੋ ਜਾਂਦੇ ਨੇ ਜਾਂ ਉਹਦੇ 'ਚ ਹੀ ਬੱਚੇ ਰਹਿ ਜਾਂਦੇ ਨੇ, ਜਾਂ ਬੱਚਿਆਂ ਦਾ ਕਦੇ ਵੀਜ਼ਾ ਨਹੀਂ ਆ ਰਹੇ ਜਾਂ SCOE ਨਹੀਂ ਆ ਰਹੀ, ਉਹ ਸਿਰਫ ਇਸੀ ਕਾਰਨ ਹੁੰਦਾ। ਇਹਨੂੰ ਡਿਟੇਲ ਐਕਸਪਲੇਨ ਕਰਦੇ ਹਾਂ। ਤਿੰਨ ਚੀਜ਼ਾਂ ਜਿਹੜੀ ਜੀ ਟੀ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦੇਖੀਆਂ ਜਾਂਦੀਆਂ ਨੇ, ਬਹੁਤ ਜ਼ਿਆਦਾ ਡੈਪਥ ਜਾ ਕੇ ਦੇਖੀਆਂ ਜਾਂਦੀਆਂ ਨੇ। ਪਹਿਲੀ ਹੈ ਤੁਹਾਡੇ ਫਾਈਨੈਂਸ਼ੀਅਲ ਕੈਪੇਬਿਲਿਟੀ। ਫਾਈਨੈਂਸ਼ੀਅਲ ਕੈਪੇਬਿਲਿਟੀ ਦਾ ਮਤਲਬ ਕੀ ਹੈ ਕਿ ਕਿਆ ਤੁਹਾਡੇ ਕੋਲ ਇੰਨਾ ਪੈਸਾ ਹੈਗਾ ਕਿ ਤੁਸੀਂ ਸਾਲ ਦੀ ਫੀਸ ਦੇ ਸਕਦੇ ਹੋ, ਕਿਆ ਤੁਹਾਡੇ ਕੋਲ ਇੰਨਾ ਪੈਸਾ ਹੈਗਾ ਕਿ ਤੁਸੀਂ ਸਾਲ ਉੱਥੇ ਜਾ ਕੇ ਰਹਿ ਸਕਦੇ ਹੋ, ਆਪਣੀ ਲਿਵਿੰਗ ਕੱਢ ਸਕਦੇ ਹੋ, ਤੁਹਾਡੇ ਕੋਲ ਮਿਸਲੇਨੀਅਸ ਐਕਸਪੈਂਸ ਕੱਢਣ ਦਾ ਪੈਸਾ ਹੈਗਾ ਕਿ ਨਹੀਂ ਹੈਗਾ। ਇਹ ਬਹੁਤ ਜ਼ਿਆਦਾ ਬੜੀ ਚੀਜ਼ ਹੈ। ਦੂਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ SOP, ਸਟੇਟਮੈਂਟ ਆਫ ਪਰਪਸ। ਠੀਕ ਹੈ, ਇਹ ਬਹੁਤ ਵਧੀਆ ਤਰੀਕੇ ਨਾਲ ਚੈੱਕ ਹੁੰਦੀ ਹੈ। ਕੁਛ ਯੂਨੀਵਰਸਿਟੀਜ਼ ਅੰਦਰ ਇੱਕ ਹੋਰ ਆ ਜਾਂਦਾ, ਇੰਟਰਵਿਊ ਵੀ ਲੈਂਦੇ ਨੇ। ਇਹ ਤਿੰਨ ਚੀਜ਼ਾਂ ਨੇ, ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਕਲੀਅਰ ਕਰਦੇ ਹਾਂ। ਹਾਂਜੀ ਹਾਂ, ਜੀ ਟੀ ਨੂੰ ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਕੈਪੈਸਿਟੀ ਤੁਸੀਂ ਨਾਮ ਲਿਆ ਨਾ। ਯੂਜੂਲੀ ਇਹਨੂੰ ਪੰਜਾਬ 'ਚ ਆਪਾਂ ਕਹਿੰਦੇ ਫੰਡ ਫੰਡ ਸ਼ੋ ਸ਼ੋ ਮਨੀ, ਇਹ ਤਾਂ ਬਥੇਰੇ ਨਾਮਾਂ ਤੋਂ ਹੁੰਦਾ। ਇਹਦੀ ਹੱਦ ਕਿੱਥੇ ਹੈ ਕਿ ਜਦ ਅੱਜ ਦੀ ਡੇਟ 'ਚ ਲੋਕ ਐਡ ਚਲਾਉਂਦੇ ਨੇ ਸ਼ੋ ਮਨੀ ਲਗਾ ਲਓ, ਫੰਡ ਕਰਾ ਲਓ, ਮਤਲਬ ਮੈਂ ਦੇਖ ਕੇ ਹੈਰਾਨ ਹਾਂ ਕਿ ਇਹਨੂੰ ਕਿੰਨੇ ਥੱਲੇ ਥੱਲੇ ਲੈ ਕੇ ਜਾ ਕੇ ਇਹਨੂੰ ਠੋਕਿਆ ਗਿਆ। ਔਰ ਉਹ ਸਾਰੇ ਬੱਚਿਆਂ ਦਾ ਰਿਫਿਊਜ਼ਲ ਲਾਉਂਦੇ ਨੇ। ਤੁਸੀਂ ਕਿਸੇ ਤੋਂ ਪੈਸੇ ਬਿਨਾਂ ਸ਼ੋ ਕਰਾਏ ਖੁਦ ਵੀ ਕਰ ਸਕਦੇ ਹੋ, ਤੁਹਾਡੇ ਪੇਰੈਂਟਸ ਕੋਲ ਰਿਟਰਨਸ ਹੋਣੀ ਚਾਹੀਦੀਆਂ ਨੇ, ਇਨਕਮ ਟੈਕਸ ਰਿਟਰਨ ਭਰੋ, 8-10 lakh ਦੀ ਰਿਟਰਨ ਇਜ਼ ਗੁੱਡ ਇਨਫ ਟੂ ਗੋ। ਪੇਰੈਂਟਸ ਦਾ ਮਤਲਬ ਕਿ ਫਾਦਰ ਮਦਰ ਦੀ ਰਿਟਰਨ ਹੋ ਸਕਦੀ ਹੈ, ਤੁਸੀਂ ਆਪਣੇ ਦਾਦਾ ਦਾਦੀ ਦੀ ਰਿਟਰਨ ਐਡ ਕਰ ਸਕਦੇ ਹੋ, ਤੁਸੀਂ ਆਪਣੇ ਚਾਚਾ ਚਾਚੀ ਦੀ ਕਰ ਸਕਦੇ ਹੋ, ਮਾਮਾ ਮਾਮੀ ਦੀ ਕਰ ਸਕਦੇ ਹੋ। ਇਹ ਸਭ ਮਿਲਾ ਕੇ 10-12 lakh 15 lakh ਦੀ ਅਗਰ ਰਿਟਰਨ ਤੁਹਾਡੇ ਕੋਲ ਹੈਗੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਹੈਗਾ। ਦੂਜੀ ਚੀਜ਼ ਕੀ ਹੈ, ਤੁਹਾਨੂੰ 20-24 lakh ਸ਼ੋਅ ਕਰਨਾ ਅਗਰ ਤੁਸੀਂ ਇਕੱਲੇ ਜਾ ਰਹੇ ਹੋ, ਜੇਕਰ ਤੁਸੀਂ ਸਪਾਊਸ ਨਾਲ ਜਾ ਰਹੇ ਹੋ ਤਾਂ 30-35 lakh ਸ਼ੋਅ ਕਰਨਾ। ਠੀਕ ਹੈ, ਅਗਰ ਤੁਸੀਂ ਇਹ ਸ਼ੋਅ ਕਿੱਦਾਂ ਕਰਨਾ, ਸ਼ੋਅ ਤੁਹਾਡੇ ਸੇਵਿੰਗ ਅਕਾਊਂਟ 'ਚ ਹੋ ਸਕਦਾ, ਤੁਹਾਡੇ FD ਦੇ ਥਰੂ ਹੋ ਸਕਦਾ। ਲਿਕੁਇਡ ਫੰਡ ਜਿਹੜੇ ਜਿਨ੍ਹਾਂ ਨੂੰ ਅੱਜ ਅਸੀਂ ਜਾਈਏ ਤੇ ਬੈਂਕ ਤੋਂ ਕਢਾ ਲਈ, ਮੇਰੀ FD ਹੈ ਬੈਂਕ 'ਚ ਪਈ ਹੈ, ਮੈਂ ਅੱਜ ਆਵਾਂ ਇੱਕ ਸਾਈਨ ਕਰਾਂ ਤੇ ਉਹ ਪੈਸੇ ਕੱਢ ਕੇ ਮੇਰੇ ਸੇਵਿੰਗ ਅਕਾਊਂਟ 'ਚ ਆ ਜਾਣਗੇ। ਸੇਵਿੰਗ ਅਕਾਊਂਟ ਦਾ ਪੈਸਾ ਤੇ ਉਹਦੇ 'ਚ ਹੀ ਹੈ। ਲੋਕ ਬੜੇ ਕੁਸ਼ਚਨ ਹੁੰਦੇ ਜੀ, ਸਾਡੀ ਇੰਸ਼ੋਰੈਂਸ ਦੇ ਅੰਦਰ ਸਾਡੇ 10 lakh ਨੇ, ਸਾਡੇ ਮਿਊਚੁਅਲ ਫੰਡ 'ਚ ਇੰਨੇ ਪੈਸਾ ਪਿਆ, ਸਾਡਾ NSE ਨੈਸ਼ਨਲ ਸਿਕਿਉਰਿਟੀ ਸਕੀਮ 'ਚ ਪਿਆ, ਇੰਦਰਾ ਵਿਕਾਸ ਪੱਤਰ ਪਿਆ, ਉਹ ਪੱਤਰ ਪਿਆ, ਉਹ ਪੈਸੇ ਕਾਊਂਟ ਨਹੀਂ ਹੁੰਦੇ। ਇੰਦਰਾ ਵਿਕਾਸ ਪੱਤਰ ਨਹੀਂ ਕਾਊਂਟ ਹੋਣ ਵਾਲਾ, ਕਿੱਦਾਂ ਕਾਊਂਟ ਹੁੰਦਾ, ਉਹਨੂੰ ਤੁੜਾਓ, ਉਹ ਤੁਹਾਡੇ ਬੈਂਕ 'ਚ ਜਾਏ, ਬਟ ਉਹਦੀ ਟ੍ਰੇਲ ਦਿਖਾਣੀ ਪੈਂਦੀ ਕਿ ਮੇਰੇ ਕੋਲ ਇੰਨਾ ਪੁਰਾਣਾ ਪੈਸਾ ਸੀ, ਇਹ ਤੁੜਾ ਕੇ ਮੈਂ ਖਾਤੇ 'ਚ ਪਾ ਲਿਆ, ਉਹ ਕਾਊਂਟ। ਅੱਜ ਮੈਂ ਤੁੜਾਇਆ ਖਾਤੇ 'ਚ, ਮੇਰੇ 2.5 ਸਾਲਾਂ ਤੋਂ ਪਿਆ ਖਾਤੇ 'ਚ, ਤਾਂ ਹੈਗਾ ਸੀ ਪੈਸਾ, ਪਰ ਫਿਰ ਉਹ ਪੁਰਾਣੇ ਫੰਡਾਂ 'ਚ ਕਾਊਂਟ ਹੋਏਗਾ? ਬਿਲਕੁਲ ਕਾਊਂਟ ਹੋਗਾ, ਪੁਰਾਣੇ ਫੰਡਾਂ 'ਚ ਕਾਊਂਟ ਹੋਗਾ, ਕਿਉਂਕਿ ਉਹ ਰਿਟਰਨ ਡਾਕੂਮੈਂਟ ਹੈ ਕਿ ਇੰਨਾ ਪੁਰਾਣਾ ਪੈਸਾ ਪਿਆ। ਅੱਛਾ, ਤੁੜਵਾ ਕੇ ਆਪਾਂ ਉੱਥੇ ਲਾਵਾਂਗੇ, ਉਹ ਵੀ ਆਪਾਂ ਨੂੰ ਕਲੈਰੀਫਾਈ ਕਰਨਾ ਪਏਗਾ। ਠੀਕ ਹੈ, ਔਰ ਇਸ ਤੋਂ ਇਲਾਵਾ ਪੋਸਟ ਆਫਿਸ ਦੇ ਫੰਡ, ਉਹਨੂੰ ਲੈ ਕੇ ਬਹੁਤ ਕੁਐਰੀ ਹੈ, ਉਹ ਵੈਲਿਡ ਹੁੰਦੇ ਨੇ? ਪੋਸਟ ਆਫਿਸ ਦੇ ਅੰਦਰ ਪਿਆ ਹੋਇਆ ਫੰਡ ਵੈਲਿਡ ਨਹੀਂ, ਅਗਰ ਪੋਸਟ ਆਫਿਸ ਤੋਂ ਅਸੀਂ ਉਹ ਕ੍ਰੈਡਿਟ ਕਰਾ ਲਿਆ ਆਪਣੇ ਬੈਂਕ ਦੇ ਅੰਦਰ, ਉਹਦੀ ਪੁਰਾਣੀ ਟ੍ਰੇਲ ਦਿਖਾ ਦੀ ਤੇ ਉਹ ਵੈਲਿਡ ਹੈ। ਅੱਛਾ, ਇਹਦੇ ਅੰਦਰ ਇੱਕ ਚੀਜ਼ ਹੋਰ ਹੈ, ਲੋਕ ਕਹਿੰਦੇ ਨੇ ਜਿਹੜੇ ਸਰਕਾਰੀ ਨੌਕਰੀ ਕਰਦੇ ਨੇ ਜਿਨ੍ਹਾਂ ਦੇ ਪੇਰੈਂਟਸ, ਉਹ GPF ਹੁੰਦਾ, ਉਹ ਵੈਲਿਡ। ਪਹਿਲੇ ਕੀ ਹੁੰਦਾ ਸੀ, ਪੁਰਾਣੇ ਟਾਈਮਾਂ 'ਚ ਉੱਥੋਂ ਇੱਕ ਲੈਟਰ ਮਿਲਦੀ ਸੀ ਵੀ 80% ਕਢਾ ਸਕਦੇ ਹਾਂ, ਉਹ ਲੈਟਰ ਚੱਲ ਜਾਂਦੀ ਸੀ, ਪਰ ਉਹਦੇ ਨਾਮ 'ਤੇ ਇੰਨਾ ਫਰੋਡ ਹੋਇਆ ਹਾਈ ਕਮਿਸ਼ਨ 'ਚ ਕਿ ਉਹਨਾਂ ਨੇ ਹੱਥ ਜੋੜ ਲਏ। ਉਹ ਕਹਿੰਦੇ ਨੇ ਉਨਾ ਹੀ GPF ਵੈਲਿਡ ਹੈ ਜਿੰਨਾ ਤੁਸੀਂ ਕਢਾ ਕੇ ਸੇਵਿੰਗ ਅਕਾਊਂਟ 'ਚ ਪਾ ਦਿਓ, ਪੁਰਾਣਾ ਹੋਏਗਾ ਕਿ ਨਹੀਂ ਹੋਏਗਾ ਉਹ ਦੇਖ ਲਾਂਗੇ ਅਸੀਂ, ਬਟ ਉਹ ਤੁਸੀਂ ਪਵਾਤਾ ਉਹ ਕਾਊਂਟ ਕਰ ਲਾਂਗੇ। ਠੀਕ ਹੈ, ਇਸ ਤੋਂ ਅਲੱਗ ਫੰਡਸ ਜਿਹੜੇ ਨੇ, ਜੇ ਪੇਰੈਂਟਸ ਹੈ ਤਾਂ ਪੇਰੈਂਟਸ ਦੇ, ਜਿੱਦਾਂ ਪਹਿਲਾਂ ਕੀ ਹੁੰਦਾ ਸੀ, ਸ਼ੋਅ ਮਨੀ ਕਰਾ ਲੈਂਦੇ ਸੀ ਕਿਸੇ ਰਿਸ਼ਤੇਦਾਰ ਦੇ ਕੋਲੋਂ। ਆਮ ਤੌਰ 'ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜਿੱਦਾਂ ਆੜ੍ਹਤੀਆਂ ਕੋਲੋਂ ਕਰਾ ਲੈਂਦੇ ਸੀ ਉਹ ਸਭ ਚੀਜ਼ਾਂ, ਤਾਂ ਉਹ ਚੀਜ਼ਾਂ ਅੱਜ ਦੀ ਤਰੀਕ 'ਚ ਚੱਲਦੀਆਂ ਨੇ? ਸਿੰਗਲ ਕੇਸ ਹੈ ਤਾਂ ਕਿਹੜੇ ਕਿਹੜੇ ਫੰਡ ਕੌਣ ਕੌਣ ਉਹਨੂੰ ਸਪੋਂਸਰ ਕਰ ਸਕਦਾ ਹੈਗਾ, ਜੇ ਸਪਾਊ
बिल्कुल हो सकता है। देखो अगर कोई किसान भरा हैगा वो बिल्कुल क्यों क्यों नहीं, क्योंकि आढ़तियाँ तो ही तो उन्होंने काम चलता अज की डेट च। मतलब अगर तुम देखो एक प्रैक्टिकल गल अगर असं देखिए कुछ भी खर्चा होंगे बंदा जाता आढ़ती को 10,000 खोल के 20,000 रुपये दे 25,000 रुपये दे इन्हों का एक आपसी लेन देन चलता है क्योंकि लखा की जी फसल है उन्होंने ही देंगे है ना। ये बिल्कुल तुम इस तरीके कर सकते हो, बट थानू एक एक कंसल्टेंट चाहिए जिसे को तजर्बा होए इनू प्रूव करने का कि ये किदां दा रिलेशनशिप है, क्यों पैसा उठा रहा है। ठीक है, असी हजारा केस लगाए ने, किसान भरावां दे भी लगाए ने, उत्थे सानू पता चले किदां किदां इनू एक्सप्लेन करना। अच्छा, ये एक्सप्लेन करनियां चीज़ां भी जरूरी ने। पेरेंट्स दा दसो सर, इन लॉज दा दसो, कौन कौन स्पॉन्सर कर सकदा है। सारे स्पॉन्सर कर सकते हैं, जो भी अगर जिदा मैं कहना कुड़ी मेन एप्लीकेंट है तो वो पेरेंट्स के कोल भी रिटर्न होनी चाहिए, वो कोल भी रुपये होना चाहिए, हसबेंड के कोल भी होना चाहिए, दोनों का पैसा लग सकता है। सिंगल केस बच्चे के पेरेंट्स, चाचा चाची, मामा मामी, मतलब बेसिकली चाचा मामा जो ब्लड रिलेशन च हैगा उस पेरेंट्स का, उन्हों का लग सकता है, दादा दादी नाना नानी के भी लग सकते हैं। बट मेरा एडवाइस की होंगे 50% तो ज़्यादा थोड़े पेरेंट्स के अपने खाते च हो, केस नू जेन्युइन बना ली, केस नू दमदार बना ली। ठीक है, जॉइंट अकाउंट होना जरूरी है कि पेरेंट्स वैसे ही स्पॉन्सर कर देंगे? बिल्कुल वैसे ही स्पॉन्सर कर सकते हैं, जॉइंट अकाउंट की कोई। ठीक है, 24 to 25 lakh रुपया सिंगल एप्लीकेंट नू, बिल्कुल फीस वक्री है। हाँ जी, एक सेमेस्टर की फीस वक्री है। ओके, जेडी की तुसी जिद्दा पिछले शो से जरा आपा चर्चा की थी, फीस जाएगी, इंश्योरेंस जाएगी, उस तो अलावा 24 तो 25 लाख रुपए बच्चे नु शो करना। ठीक है, ये हो गया अपना जीटी च पहला जेड़ा पार्ट है जिन्हों आपा शो मनी फंड कहने आ, उनु क्लियर करन दा रस्ता। दूजी चीज आ गई एसओपी, हुण असी एसओपी ते जंप करांगे। एसओपी च की चीजां मेंशन करनियां ने, असी उस कंट्री तो रिफ्यूज आ, किसी होर कंट्री तो रिफ्यूज आ, दसना जरूरी है। एसओपी किन्ने पेजा दी होनी चाहिए, क्योंकि बहुत सारे कंसल्टेंट कहिंदे कि एसओपी बहुत लेंथी करो, कुछ कहते हैं कि उन्होंने घट जी तुम सार दो, कुछ कॉपी पेस्ट करन च विश्वास करते हैं कि इस एसओपी ते एक दो तीन बच्चों का वीजा आ गया, तुसी सेम यही चक के कॉपी पेस्ट करके चला दो। क्लीयर करो मैनू एसओपी दे बारे। मैं बिल्कुल करना एक, मैं थोड़ा पॉइंट फाइनैशियल का भी मैं क्लीयर करना। जेकर थोड़े एग्रीकल्चर तो रिलेटेड हो, थोड़ा जे फॉर्म चाहिए ने, जमाबंदी चाहिए है, तहसीलदार का सर्टिफिकेट चाहिए, जे तुसी डेयरी फार्मिंग तो संबंधित हो, तुसी सरकारी डॉक्टर तो लिखवाओगे कि वैल्यूएशन है, किन्ने क इनकम आती है। जेकर तुसी वैसे कोई प्राइवेट अदारे काम करते हो या जॉब करते हो तो थानू इनकम टैक्स रिटर्न चाहिए है, या फॉर्म 16 चाहिए ने, इन्हों की वैल्यू 8 to 12 lakh की होनी ही चाहिए है मिनिमम सिंगल लिए, और उस तो अलावा जे बड़ा करना चाहते हो। हुण गल आ गई एसओपी की। एसओपी एक इन्ना कि इंपॉर्टेंट डॉक्यूमेंट है जिन्ना समझो एक इंसान के अंदर सांस ने, इंसान जिंदा रहने लिए अगर सांस चाहिए ने, उदा ही फाइल में अगर वीजा लैके देना तो वधिया एसओपी की लोड़ है। दो पेज, पांच पेज, दस पेज कोई मायने नहीं रखता। यूजली बच्चा आंदा, बच्चा कहता जी आ एसओपी तो तुसी बना दो। एक एजेंट नू समझो, मैं कह रहा कि साडा बड़ा आधार है, 23 दफ्तर ने साडे कोल और अलग अलग टीम्स बनाई हुई हैं। मेरे एसओपी डिपार्टमेंट भी 6 बच्चे ने जिन्हें बैठ के एसओपी बनाते हैं, वैल क्वालिफाइड ने। बट क्या 6 बच्चे 1000 बच्चों की स्टोरी लिख सकते हैं? नहीं लिख सकते, उन्होंने गल्ला रिपीट होनगियां। बच्चे नू अगर एसओपी बनानी है तो अपने आप बनानी है। एसओपी बनाने से पहले 5 चीजों पर रिसर्च करनी बहुत जरूरी है। अपने दिमाग च वाई लेके आओ, वाई ऑस्ट्रेलिया, वाई दिस कोर्स है ना, फिर मैं एक कोर्स इंडिया तो क्यों नहीं करना, ऑस्ट्रेलिया तो क्यों करना, कंपैरिजन करना भी जरूरी है। फिर मैं जब इंडिया वापस आवांगा तो उसकी की वैल्यू होगी। हुण बच्चे दे मैनू कहणगे कि सर वाई ऑस्ट्रेलिया तो जाना ही, ऑस्ट्रेलिया बच्चे तो बच्चे कहते हैं जी बई आ कोर्स करना है, बई कोर्स मेरे पड़ोसी ने चक लिया, मेरा उधर जो वीजा लग गया सी, मेरा भी तुसी भेज दो। फिर जी उथे इंडिया का की करोगे? कहने इंडिया आना ही नहीं, जाके उथे पक्के होना। अखों देखी ना मक्खी भी कोई नहीं निकलता, ये तो बहुत बड़ा वीजा अफसर बहुत स्मार्ट है, उन्होंने पता तुम वापस नहीं आओगे, बट एक स्टोरी तो बनानी पैनी और थोड़ी स्टोरी थोड़ी ही होगी। तुम उत्थे जिदा मैं एक जनरल स्टोरी की गल दसा, प्लस टू बच्चा मैं कहना 2021 पास आउट है नॉन मैडिकल नाल, वो लिख सकता है कि जी मैं ऑस्ट्रेलिया जाके IT का कोर्स इसलिए करना चाहता टॉप क्लास यूनिवर्सिटी के अंदर, कि अगर मैं इंडिया च AI EEE दिना जिहड़ा इंजीनियरिंग का एंट्रेंस टैसट है वो अगर मैं दिना, JEE जिन्हों कहते हैं वो मैं दिना, वह 15-16 lakh बच्चा बैठता है तो टॉप क्लास इंस्टीट्यूशन के कोल CET सिर्फ 8-10 हज़ार है, तो मेरे चांसिस बहुत घट ने, मैं इस कॉम्पीटिशन का पार्ट नहीं बनना चाहता, मैं उत्थे जाना चाहता। दूजी गल है ऑस्ट्रेलिया, क्यों बच्चा कह सकता कि ऑस्ट्रेलिया के अंदर वैदर बहुत सोहना है जी, इंडिया के बराबर है, कैनेडा का वैदर अद्धा है, ये तुम वैदर चेक कराना पेगा, मतलब दसना पेगा जी कैनेडा का वैदर इदा का, उदा वैदर इदा कंपैरिजन देना पेगा।
फिर जो ऑस्ट्रेलिया यूनिवर्सिटी कॉलेज लिया उसकी कंपैरिजन देनी पड़ेगी बाकी 43 यूनिवर्सिटियों एक यूनिवर्सिटी क्यों चूज की है इनू इस डिटेल लैके जाना पेगा फिर ये शुरुआत बच्चे अपना अपने पेरेंट्स का सब कुछ एक्सप्लेन करना पेगा इतने बच्चा पर्सनली टच रख सकता है इतने बच्चा दसेगा कि ऑस्ट्रेलिया मेरे दिमाग च आया ही क्यों कि भी मेरे फला कोई टीचर का बेटा चला गया जी मैं उन्होंने देख के आया एक बच्चा पढ़ के आया इतने वधिया नौकरी लग गया ये सारिया चीज़ा फिर इनू यह भी दसना पेगा कि जो इंडिया च आएगा इंडिया तो आने तो बाद कितने कितने जॉब लग सकती है ये थोड़ा यूनिवर्सिटीज़ के इतने नौकरी की वैबसाइट्स देखनिया पैनगियाँ चैक करना पेगा कि किन्नी सैलरी होंगी है इंडिया च किसी इंस्टीट्यूशन भावें वो NIT है भावें IIT है करके थोड़ी की सैलरी लगती है इस सारी रिसर्च होनी चाहिए है एक मैं एग्जाम्पल हर बच्चे दिता हर शो च कहना असी फोन लैन जाने फोन जाने तो पहले असी 10 चीज़ा चैक करते हैं फ्रंट कैमरा बैक कैमरा रैम हूँ तो फिल्टर चैक करना बच्चा पता नहीं की चैक करना किन्ने का डिसीजन है मैक्सीम लख सवा लख डेढ़ का ਇਹ ਡਿਸੀਜਨ ਕਰੋੜਾਂ ਰੁਪਏ ਦਾ ਹੈਗਾ ਤੁਸੀਂ ਇਹਦੇ 'ਚ ਚੈੱਕ ਹੀ ਨਹੀਂ ਕਰ ਰਹੇ ਕਿ ਕਿਹੜੀ ਕੰਟਰੀ ਜਾਣਾ ਤੁਸੀਂ ਇਹ ਚੈੱਕ ਹੀ ਨਹੀਂ ਕਰ ਰਹੇ ਕਿਹੜੇ ਯੂਨੀਵਰਸਿਟੀ ਕਾਲਜ ਜਾਣਾ ਤੁਸੀਂ ਇਹ ਚੈੱਕ ਹੀ ਨਹੀਂ ਕਰ ਰਹੇ ਕਿ ਮੈਂ ਮੈਲਬਨ ਜਾਣਾ ਅਤੇ ਮੈਲਬਨ ਦੇ ਆਸ ਪਾਸ IT ਇੰਡਸਟਰੀ ਹੈ ਕਿ ਨਹੀਂ ਇਹ ਸਾਰੀਆਂ ਚੀਜ਼ਾਂ ਵੀਜ਼ਾ ਅਫਸਰ ਭਾਲਦਾ ਤੁਹਾਡੇ ਤੋਂ ਕਿ ਤੁਸੀਂ ਇਹ ਲਿਖ ਕੇ ਦਿਓ ਉਹਨੂੰ ਉਹਦਾ ਮਤਲਬ ਇਹ ਹੈ ਕਿ ਤੁਸੀਂ ਖੁਦ ਰਿਸਰਚ ਕੀਤੀ ਹੋਈ ਹੈ ਤੁਸੀਂ ਖੁਦ ਅਵੇਅਰ ਸਟੂਡੈਂਟ ਹੋ ਇਹ ਨਹੀਂ ਕਿ ਤੁਸੀਂ ਧੱਕੇ ਨਾਲ ਕਿਸੇ ਏਜੰਟ ਨੇ ਤੁਹਾਨੂੰ ਵੀਜ਼ਾ ਦਵਾਇਆ ਫਲਾਈਟ ਚੜਾ ਕੇ ਪਹੁੰਚ ਗਏ ਉੱਥੇ ਆ ਕੇ ਕਹਿ ਰਹੇ ਨਹੀਂ ਜੀ ਨਹੀਂ ਇੱਥੇ ਤਾਂ ਸਵਾਦ ਹੀ ਨਹੀਂ जे सारियां चीज़ा कर लोगे पूरी जिंदगी एक तो वीज़ा मिलेगा मैं कह रहा कि जेडे बच्चे ने जेडे बच्चे मेरे थ्रू गए ने जिन्होंने वधिया तरीके अपनी SOP मेहनत की है ना वो उन्होंने PR भी जल्दी लिया वो दिमाग तो सॉर्ट हो गए उन्हें दिमाग च कन्फ्यूजनस नहीं रही कि अभी उत्थे जाके इंस्टा पर पिक्चर बनिया ने तो इतने जाना उत्थे जाना वधिया तरीके सैटल सारिया चीज़ा ने अच्छा कितों रिफ्यूज़ होंगे दसना जरूरी है किसी कंट्री बहुत ज़्यादा जरूरी है हर इनफॉर्मेशन डिटेल्ड एक्सप्लेन करना रिफ्यूजल एक बहुत बड़ा इंसीडेंस है किसी भी इंसान की जिंदगी अंदर उन्होंने दसना बहुत जरूरी है एक्सप्लेन करना बहुत जरूरी है एक बच्चा जो कैनेडा तो रिफ्यूज से ऑस्ट्रेलिया गया एक साल बाद इंडिया आया जो वापस जा रहा है मेलबर्न एयरपोर्ट से उन्होंने रोकया गया उन्होंने पूछा गया कि क्या तुम किसी होर कंट्री तो रिफ्यूज हुए पहले उन्हें कहा हाँ जी मैं नहीं होया उन्हें क्या और उन्होंने कह गया कि तुम कैनेडा तो रिफ्यूज हो हूँ एक नवा सॉफ्टवेयर है जिसके अंदर ऑस्ट्रेलिया कैनेडा UK USA अपनी सारी इंफॉर्मेशन शेयर कर रहे हैं न्यूजीलैंड इन्हों का पार्ट है सारी शेयर कर रहे हैं कद कोई रिफ्यूज हुआ है किहड़े डुप्लीकेट डॉक्यूमेंट लगे से रिफ्यूज हुआ हर चीज़ शेयर हो रही है और जेकर तुम ये नहीं दस रहे हो तो तुम बैन अट्रैक्ट करो उस बच्चे से बैन लग गया उन्होंने वापस भेजता गया इदा सिचुएशन तो बचने लिए मैं बहुत सारे बच्चों का कैनेडा रिफ्यूजल से लिया बट उसे एक्सप्लेन किया जी इस बच्चे का कैनेडा रिफ्यूजल से इस दिन सिगा एक्सप्लेनेशन आ चीज़ा आ कहानी क्योंकि कमियां तो कितने ना कितने रही जांदियां ने हर कोई खुदा तो है नहीं गा बाकी देखो जी प्रोफाइल है उन्होंने एक कंसल्टेंट का काम है कि उन्होंने किस तरीके इलैबोरेट करता है अगर लॉन्च किमें करता है वीज़ा आना ना आना कई बार थोड़ा जि किस्मत पर भी इफेक्ट हो जाता है ना बाकी जोड़े एफर्ट ने वो सारे जरूरी होंगे SOP ऑलमोस्ट सारिया चीज़ा असं कवर कर लिया तीजे स्टैप के उपर आने इंटरव्यू इंटरव्यू नूं लैके गाइड करो इंटरव्यू जरूरी आता है यूनिवर्सिटी वालों हों अंबैसी च हों इंटरव्यू के नाम तो ऐसा डर क्यों जाते हैं लोग इंटरव्यू के नाम तो SOP नाम तो बच्चा उही डरता जिहड़ा कहिंदा कि एजेंट का कहिंदा तुसीं बना लो जी मेरी SOP मैं चलना क्योंकि मेरा भूआ रहिंदी है मेरा चाचा रहिंदा मेरा मामा रहिंदा मेरा फलां के घर के उत्थे रहिंदे ने जे तुसीं लॉजिकल रिसर्च करी होएगी वाई ते शुरुआत कीती होएगी वाई ऑस्ट्रेलिया वाई दिस कोर्स Why not India? अगर ये सब चीज़ें तुसी किता है तो तुसी कदे ना तो इंटरव्यू तो डरोगे ना तुसी डरोगे कदे इस तो क्योंकि देखो जाने तो पहले 6 बैंड तो चाहिए ने जेड़े बच्चे ने स्पीकिंग 6 बैंड ले इहदा मतलब बोल सकता है उत्थे थोड़े तो 9 बैंड स्पीकिंग एक्सपेक्ट नहीं करते हो इंटरव्यू क्योंकि थोड़े 6 बैंड तुसी दस्या होया तो तुसी उन्हूं वधिया तरीके नाल एक्सप्लेन करो नाल क्वेश्चन थोनू पता ने अगर यही जो SOP दे क्वेश्चन ने तुसी वधिया अपने तरीके नाल बनाओगे तो मैं कहना कोई भी इंटरव्यू भावें वह यूनिवर्सिटी का भावें हैगा एम्बैसी का तुम किसी तो नहीं घबराओगे भावें थोड़ू एयरपोर्ट तक पकड़ लो तभी नहीं घबराओगे क्योंकि तुम पहले रिसर्च करी रिसर्च करने जाता की है बोलनिया ने मेरी गारंटी है
ਬਣਵਾਏਗਾ ਸਾਡੇ ਨਾਲ ਬੈਠ ਕੇ, ਖੁਦ ਬਣਾਏਗਾ ਮੇਰੇ ਨਾਲ ਬੈਠ ਕੇ, ਉਹਦਾ ਵੀਜ਼ਾ ਰਿਫਿਊਜ਼ SOP ਔਰ ਇੰਟਰਵਿਊ ਦੇ ਉੱਤੇ ਨਹੀਂ ਹੋ ਸਕਦਾ। ਠੀਕ ਹੈ ਸਰ, ਥੈਂਕ ਯੂ ਇਨਫੋਰਮੇਸ਼ਨ ਸਾਂਝੀ ਕਰਨ ਲਈ, ਜੋ ਜੋ ਸਮਾਂ ਦੇਣ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਡੀ ਬਹੁਤ ਹੀ ਪਿਆਰੀ ਆਡੀਅੰਸ, ਇੱਦਾਂ ਹੀ ਆਪਣੇ ਇਸ ਸਾਡੇ ਸ਼ੋਅ ਨੂੰ ਇੱਦਾਂ ਹੀ ਪਿਆਰ ਦੇਈ ਰੱਖੋ। ਔਰ ਕਮੈਂਟ ਸੈਕਸ਼ਨ ਖੁੱਲ੍ਹਾ ਹੈ ਜੀ ਤੁਹਾਡੇ ਲਈ, ਕਮੈਂਟ ਕਰਕੇ ਆਪਣੇ ਸਵਾਲ ਤੁਸੀਂ ਸਾਂਝੇ ਕਰ ਸਕਦੇ ਹੋ, ਇਹਨਾਂ ਨੰਬਰਸ 'ਤੇ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ। ਬਹੁਤ ਜਲਦੀ ਅਸੀਂ ਸ਼ੋਅ ਨੂੰ ਲਾਈਵ ਰੂਪ ਦੇ ਵਿੱਚ ਤਬਦੀਲ ਕਰਨ ਵਾਲੇ ਹਾਂ, ਤੁਸੀਂ ਉਦੋਂ ਲਾਈਵ ਸਾਡੇ ਨਾਲ ਬੈਠ ਕੇ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।